beneath all the rubble, and all that runs through my flesh is a spirit of trouble. सारा ना कवर ओदे करके हो गया, कवर पौन करके मिट्टी मिट्टी हो गई। सो वेलकम बैक टू द चैनल गाइस, की हाल चाल, ठीक ठाक हो सारे? मैं भी ठीक हाँ। असि दो चलिया काम करन, मैं ते डैड ते मेरी सिस्टर ते ओहो खुल जा खुल गया ते मैं कहा चल जेड़े जेड़े काम असि करने आ करने, मैं भी चलदा नाल। एक आपां गेट देखाउने आ क्योंकि एक दिन देखिया सी ओह सानू सलाह जी बनाई कि चलो ठीक आ, ते अज देख के आउने आ। अज मैं ब्लॉगिंग करूंगा ऑसमो नाल क्योंकि जिदन की लिया के रखी है उदन का मैं लगता मैं वरते ही नहीं कैमरा है, मतलब बहुत रेयर वरत्या, इन्हू लैके भी नहीं गया कितने। सो अज आप वीडियो बनाने, बाकी गर्मी बहुत है, मीह पैदा कोई फायदा जहा हो नहीं है, बहुत अक चक्की पी है भाई गर्मी ने, बहुत उदा मौसम सन्नी आ, मतलब ऐ नहीं भी धुप कड़ाके दी आ, उदा हल्के हल्के बदल ने जिम्मे चिट्टे जे बदल नहीं होंगे, सनी टाइप मौसम है। ਆਪਾਂ ਪਹੁੰਚ ਗਏ ਕਪੂਰਥਲੇ ਸ਼ਹਿਰ, ਥੋੜ੍ਹਾ ਜਿਹਾ ਸਿਸਟਰ ਨੂੰ ਕੰਮ ਸੀਗਾ ਅਤੇ ਨਾਲ ਮੈਂ ਡੈਡ ਨੂੰ ਭੇਜਤਾ, ਮੈਂ ਕਿਹਾ ਤੁਸੀਂ ਜਾਓ ਮੈਂ ਇੱਥੇ ਗੱਡੀ ਲਾਉਣਾ, ਜੇ ਮੈਂ ਇੱਥੇ ਲਾ ਕੇ ਚਲੇਗਾ ਤਾਂ ਆਉਂਦਿਆਂ ਨੂੰ ਪੈਰਾਂ 'ਤੇ ਐਂ ਹੋ ਗਿਆ ਹੋਣਾ, ਮੈਂ ਕਾਹਨੂੰ ਪੰਗਾ ਲੈਣਾ, ਉਹ ਤਾਂ ਅੱਗੇ ਬੜੇ ਔਖੇ ਜਿਹੇ ਹੁੰਦੇ ਨੇ, ਤਾਂ ਕਰਕੇ ਤੁਸੀਂ ਜਾਓ ਉਨੇ ਚਿਰ ਆਪਾਂ ਗੱਡੀ ਗੁੱਡੀ ਮੋੜ ਦਿੰਦੇ ਹਾਂ। ਇਹ ਲੋਕਾਂ ਨੂੰ ਪਤਾ ਨਹੀਂ ਕਾਹਦੀ ਕਾਲੀ ਹੁੰਦੀ ਆ, ਆ ਦੇਖ ਲਓ ਤੁਹਾਡੇ ਸਾਹਮਣੇ ਵੀ ਸਬਰ ਨਾਮ ਦੀ ਤਾਂ ਚੀਜ਼ ਹੀ ਹੈ ਨਹੀਂ, ਤੁਹਾਡੇ ਸਾਹਮਣੇ ਗੱਡੀ ਲੱਗੀ ਆ, ਤੁਸੀਂ 2 ਮਿੰਟ ਵੇਟ ਨਹੀਂ ਕਰ ਸਕਦੇ, ਇੰਨੀ ਕਾਹਦੀ ਕਾਲੀ ਹੁੰਦੀ ਆ ਹਨਾ। ਦੂਜਾ ਲੋਕਾਂ ਦੀ ਵੀ ਗਲਤੀ ਆ, ਜੇ ਤੁਸੀਂ ਗੱਡੀ ਥੋੜ੍ਹੀ ਸਾਈਡ 'ਤੇ ਲਾ ਲਓ, ਤੁਸੀਂ ਵਿੱਚ ਕਾਹਨੂੰ ਲਾਈ ਆ, ਵੀ ਅਗਲੇ ਦਾ ਰਾਹ ਬਲੋਕ ਹੁੰਦਾ, ਉਹ ਚਲੋ ਕੋਈ ਨਹੀਂ ਦੇਖਦੇ ਕਿੰਨਾ ਕੁ ਟਾਈਮ ਲੱਗਦਾ। ਇਸ ਤੋਂ ਬਾਅਦ ਵੀ 2 ਕੰਮ ਹੋਰ ਨੇ, ਉਹ ਆਪਾਂ ਕੰਪਲੀਟ ਕਰਕੇ ਘਰੇ ਜਾਵਾਂਗੇ। ਲਓ ਜੀ ਕੰਮ ਕੁੰਮ ਸਾਰੇ ਨਿਪਟਾ ਕੇ ਆਪਾਂ ਖੜੇ ਹਾਂ ਸਬਜ਼ੀ ਮੰਡੀ, ਮੈਂ ਕਿਹਾ ਘਰੇ ਜਾਂਦੇ ਹਾਂ ਕੁਛ ਨਾ ਕੁਛ ਲੈ ਹੀ ਜਾਂਦੇ ਹਾਂ ਮਾੜਾ ਮੋਟਾ, ਇੰਨਾ ਕੁ ਨਹੀਂ ਤਾਂ ਇੰਨਾ ਕੁ ਨਹੀਂ ਤਾਂ ਇੰਨਾ ਕੁ। ਸੋ ਤੁਹਾਡੇ ਘਰੇ ਹੋਇਆ ਕਦੇ ਵੀ ਜਦੋਂ ਕਦੇ ਤੁਹਾਡੇ ਘਰੇ ਕੋਈ ਫਰੂਟ ਦਾ ਦਰਖਤ ਲੱਗਿਆ ਹੋਵੇ ਜਾਂ ਉਹ ਦਰਖਤ ਲੱਗਿਆ ਹੋਵੇ ਜਿਹਦੀ ਤੁਹਾਨੂੰ ਬਹੁਤ ਲੋੜ ਆ, ਉਹਦੀ ਤੁਸੀਂ ਜੜ੍ਹਾਂ ਦੇ ਵਿੱਚ ਚਾਹ ਪੱਤੀ ਪਾਈ ਹੋਵੇ, ਜੇ ਪਾਈ ਆ ਤਾਂ ਮੈਨੂੰ ਜ਼ਰੂਰ ਦੱਸਿਓ। ਅਤੇ ਇਹ ਵੀ ਅਮਰੂਦ ਦੇ ਨਾ ਪਹਿਲਾਂ ਜਦੋਂ ਲਾਇਆ ਸੀਗਾ, ਜਦੋਂ ਪਹਿਲਾਂ ਇਹਨੂੰ ਫਲ ਲੱਗਿਆ ਸੀ ਉਦੋਂ ਇਹ ਬਹੁਤ ਫਿੱਕੇ ਅਮਰੂਦ ਲੱਗਦੇ ਹੁੰਦੇ ਸੀ, ਇਹਨੂੰ ਅਸੀਂ ਬਹੁਤ ਪੱਤੀ ਪਾਈ, ਬਹੁਤ ਮਤਲਬ ਕਿ ਕੋਈ ਦਵਾਈ ਦਵੂਈ ਨਹੀਂ ਪਾਈ, ਸਿਰਫ ਕਦੇ ਪੱਤੀ ਕਦੇ ਕੁਛ ਕਦੇ ਕੁਛ ਕਦੇ ਕੁਛ ਇੱਦਾਂ ਦਾ। ਹੁਣ ਇਹ ਥੋੜ੍ਹੇ ਮਿੱਠੇ ਨੇ ਪਰ ਗਲਣ ਜਲਦੀ ਲੱਗ ਗਏ। ਬਈ ਕਹਿੰਦੇ ਜੇ ਤੁਸੀਂ ਆਪਣੀ ਸਿਹਤ ਠੀਕ ਰੱਖਣੀ ਹੋਵੇ ਨਾ ਘਰੇ ਕੋਈ ਡੇਲੀ ਐਕਟੀਵਿਟੀ ਕਰਿਆ ਕਰੋ, ਮੈਂ ਇਸ ਐਕਟੀਵਿਟੀ ਤੋਂ ਬਹੁਤ ਦੂਰ ਹੋ ਗਿਆ ਸੀ, ਕਈ ਦਿਨ ਹੋ ਗਏ ਮੈਂ ਐਕਸਰਸਾਈਜ਼ ਨਹੀਂ ਕੀਤੀ, ਫਿਲਹਾਲ ਤਾਂ ਉਸ ਐਕਸਰਸਾਈਜ਼ ਰੋਕਣ ਦੀ ਜਿਹੜਾ ਇਫੈਕਟ ਉਹ ਮੈਨੂੰ ਸਾਫ਼ ਸਾਫ਼ ਦਿਖ ਰਿਹਾ ਆਪਣੇ 'ਤੇ, ਉਹ ਮੈਂ ਦੱਸਣਾ ਨਹੀਂ ਚਾਹੁੰਦਾ, ਇਸ ਲਈ ਮੈਂ ਥੋੜ੍ਹੀ ਰੱਸੀ ਟੱਪਣ ਲੱਗਿਆ, ਟੱਪਦੇ ਹਾਂ ਸਾਹ ਚੜੂਗਾ, ਗਰਮੀ ਨਿਕਲੂਗੀ ਅੰਦਰੋਂ, ਮਤਲਬ ਕਿ ਜੋ ਵੀ ਘਾਟਾ ਵਾਧਾ ਕੰਪਲੀਟ ਹੋ ਜੂਗਾ ਇਕੱਠਾ ਹੋ ਜੂਗਾ। ਵੈਸੇ ਇੱਕ ਦਿਨ ਨਾਲ ਨਹੀਂ ਹੁੰਦਾ, ਹੁਣ ਆਪਾਂ ਰੈਗੂਲਰਲੀ ਜਾਇਆ ਕਰਾਂਗੇ, ਸ਼ਾਇਦ ਕੱਲ੍ਹ ਨੂੰ ਸਵੇਰੇ ਮੈਂ ਜਲਦੀ ਉੱਠ ਕੇ ਵਾਕ 'ਤੇ ਵੀ ਜਾਵਾਂ ਜਾਂ ਜੋਗਿੰਗ ਕਰੂੰਗਾ, ਕੁਛ ਵੀ ਕਰੂੰਗਾ, ਦੇਖਦੇ ਹਾਂ ਕੱਲ੍ਹ ਨੂੰ ਜਾ ਕੇ ਕੀ ਬਣਦਾ, ਪਰ ਜਾਣਾ ਜ਼ਰੂਰ ਹੈ। ਮੈਂ ਲੱਗਦਾ ਅੱਜ ਮੇਰੀ ਲੱਸੀ ਹੋਣ ਦਾ ਦੇਣਾ ਹੈ, ਬੁਰੇ ਹਾਲ ਹੋ ਗਏ, ਇੱਕ ਵਾਰ ਆਪਾਂ ਫਿਰ ਟ੍ਰਾਈ ਕਰਦੇ ਹਾਂ, ਹੁਣ ਮੈਂ ਦਿਸ਼ਾ ਬਦਲਦਾ ਮਤਲਬ ਆਪਣੀ। ਮਜ਼ਾ ਆ ਗਿਆ, ਬਹੁਤ ਸਵਾਦ ਆਇਆ, ਸਰੀਰ ਨੂੰ ਨਾ ਜਦੋਂ ਆਪਾਂ ਤਕਲੀਫ ਦਿੰਦੇ ਹਾਂ ਤਾਂ ਸਰੀਰ ਤੁਹਾਡਾ ਤੰਦਰੁਸਤ ਰਹਿੰਦਾ ਹਰ ਟਾਈਮ, ਤਕਲੀਫ ਸਿਰਫ ਓਨਾ ਚਿਰ ਆ ਜਿੰਨਾ ਚਿਰ ਤੁਸੀਂ ਕਸ਼ਟ ਕਰਦੇ ਹੋ, ਹੈ ਨਾ, ਮਿਹਨਤ ਕਰਦੇ ਹੋ ਓਨਾ ਚਿਰ ਤੱਕ ਤਕਲੀਫ ਆ, ਉਹ ਦੁਬਾਰਾ ਰਿਲੈਕਸ ਆ ਅਤੇ ਤੁਹਾਨੂੰ ਫੀਲ ਵੀ ਵਧੀਆ ਆਉਂਦੀ ਆ। ਬਾਕੀ ਆਪਾਂ ਕੱਲ੍ਹ ਨੂੰ ਕੋਸ਼ਿਸ਼ ਕਰਾਂਗੇ ਸਵੇਰੇ ਜਲਦੀ ਉੱਠ ਦੀ ਅਤੇ ਜਾਵਾਂਗੇ, ਮਜ਼ਾ ਆ ਗਿਆ। ਸੋ ਗਾਈਜ਼ ਇਹ ਕੁਛ ਵਿਊ ਆ ਜਿਹੜਾ ਮੈਂ ਕੱਲ੍ਹ ਵਾਈਜ਼ਰ ਲੈ ਕੇ ਆਇਆ ਉਸਦਾ, ਉਮੀਦ ਆ ਤੁਹਾਨੂੰ ਜਿਹੜਾ ਦਾ
ਬਿਲਕੁਲ ਕਲੀਅਰ ਦਿਖ ਰਿਹਾ ਹੋਊਗਾ। ਬਾਕੀ ਮੈਂ ਕਿਹਾ ਚੱਲ ਨਾਲ ਨਾਲ ਵੀਡੀਓ ਬਣਾਈਏ, ਨਾਲ ਨਾਲ ਇੱਕ ਅੱਧਾ ਅਮਰੂਦ ਲੱਭ ਲੈਂਦੇ ਆਪਾਂ। ਜਿਵੇਂ ਆਹ ਨਾ ਇਹਨਾਂ ਦੇ ਸਾਈਜ਼ ਹੁਣ ਛੋਟੇ ਹੋ ਗਏ, ਪਹਿਲਾਂ ਨਾ ਥੋੜ੍ਹੇ ਵੱਡੇ ਹੁੰਦੇ ਸੀ ਪਰ ਉਹ ਹੋ ਗਏ, ਮਤਲਬ ਕਿ ਫਿੱਕੇ ਹੁੰਦੇ ਸੀ, ਜਮਾਂ ਹੀ ਖਾਣ ਨੂੰ ਜੀ ਨਹੀਂ ਕਰਦਾ ਸੀਗਾ। ਅਤੇ ਪੀਲਾ ਹੋ ਗਿਆ ਪਰ ਇਹ 'ਚ ਸੁੰਡੀਆਂ ਪੈਣੀਆਂ। ਆਹ ਠੀਕ ਆ, ਇਹ ਖਾਧਾ ਜਾ ਸਕਦਾ, ਉੱਦਾਂ ਹੀ ਆਹ ਵੀ ਖਾਧਾ ਜਾ ਸਕਦਾ। ਗਰਮੀਆਂ 'ਚ ਅਮਰੂਦ ਲੱਗਦੇ ਬਹੁਤ ਹੁੰਦੇ ਨੇ ਪਰ ਜ਼ਿਆਦਾ ਖਰਾਬ ਨਿਕਲੇ ਹੁੰਦੇ ਨੇ, ਜੇ ਤਾਂ ਤੁਸੀਂ ਇਹਦੀ ਕੇਅਰ ਕਰੋ, ਦਵਾਈ ਦਵੂਈ ਪਾਓ ਫਿਰ ਹੈ, ਪਰ ਦਵਾਈ ਵਾਲਾ ਅਮਰੂਦ ਵੈਸੇ ਖਾਣਾ ਨਹੀਂ ਚਾਹੀਦਾ, ਮੈਂ ਇਹ ਮੰਨਦਾ। ਸਰਦੀਆਂ ਵਿੱਚ ਅਮਰੂਦ ਜਿਹੜੇ ਖਾਈਦੇ ਨੇ ਉਹ ਜਿੱਦਾਂ ਮਰਜ਼ੀ ਖਾਓ, ਕਿਉਂਕਿ ਸਰਦੀਆਂ ਦੇ ਵਿੱਚ ਕੀੜੇ ਪੈਣ ਦੇ ਚਾਂਸ ਜਿਹੜੇ ਆ ਬਹੁਤ ਘੱਟ ਹੁੰਦੇ ਨੇ, ਬਹੁਤ ਜ਼ਿਆਦਾ ਘੱਟ। ਆਦੇ ਲੈ ਆ, ਅਸੀਂ ਤਾਂ ਕੀ ਖਾਣਾ, ਉਹ ਖਾਈ ਜਾਂਦੀਆਂ ਨੇ ਕਾਟੋਆਂ। ਆਦੇ ਅਮਰੂਦ ਬਹੁਤ ਲੱਗੇ ਹੋਏ ਨੇ ਹੁਣ, ਇਹਦਾ ਇਹਨਾਂ ਦਾ ਕੋਈ ਇਲਾਜ ਨਹੀਂ ਹੈਗਾ। ਹੁਣ ਰੋਜ਼ ਦੇ ਅਸੀਂ ਵੀ ਨਹੀਂ ਖਾ ਸਕਦੇ, ਹੁਣ ਰੋਜ਼ ਪੱਕੇ ਹੀ ਰਹਿੰਦੇ ਨੇ ਅਮਰੂਦ ਪੱਕੇ ਹੀ। ਇੱਥੇ ਕਿੰਨੂ ਲੱਗੇ ਸੀ ਉਹ ਵੀ ਗਾਇਬ ਹੋ ਗਏ, ਨਹੀਂ ਹੈਗੇ 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 ਆ ਲੱਗੇ ਕਿੰਨੂ ਆ, ਪਤਾ ਨਹੀਂ ਮਸੰਮੀਆਂ। ਬਾਕੀ ਆ ਘਾਹ ਘੂ ਕਟਾਉਣ ਵਾਲਾ, ਸ਼ਾਇਦ ਇੱਕ ਦੋ ਦਿਨਾਂ ਦੇ ਵਿੱਚ ਕਟਾ ਦਾਂਗੇ। ਚਲੋ ਤਿੰਨ ਮਿਲੇ, ਬਾਕੀ ਤਾਂ ਬਹੁਤ ਜ਼ਿਆਦਾ ਉਹ ਨੇ ਗਲ ਗਏ। ਬਾਕੀ ਤੁਸੀਂ ਆਹ ਵਿਊ ਦੇਖ ਸਕਦੇ ਹੋ, ਉੱਥੋਂ ਜਿਹੜਾ ਆਪਾਂ ਗੇਟ ਕੱਢ ਦੇਣਾ, ਸ਼ਾਇਦ ਇਸ ਹਫ਼ਤੇ ਦੇ ਅੰਦਰ ਅੰਦਰ ਗੇਟ ਬਣਨ ਅੱਜ ਅਸੀਂ ਦੇ ਆਉਂਦਾ, ਅਤੇ 10 ਫੁੱਟ ਦਾ ਗੇਟ ਇੱਦਾਂ ਲੱਗ ਜੂਗਾ। ਅਤੇ ਇੱਥੋਂ ਆਪਾਂ ਸ਼ਾਇਦ 2.5 ਜਾਂ 3 ਫੁੱਟ ਮਿੱਟੀ ਕਢਾ ਦੇਣੀ ਆ, ਨੀਵੀਂ ਕਰਾਵਾਂਗੇ ਕਿਉਂਕਿ ਫਿਰ ਲੱਗਣੀ ਬਹੁਤ ਉੱਚੀ ਹੋ ਜੂਗੀ, ਮਤਲਬ ਕਿ ਗੱਡੀ ਥੱਲੇ ਲੱਗ ਜਾ ਕਰੂਗੀ। ਅਤੇ ਇੱਥੇ ਥੋੜ੍ਹਾ ਜਿਹਾ ਆਪਾਂ ਪੱਕਾ ਕਰਾ ਦਿਆ ਕਰਾਂਗੇ। ਵੈਸੇ ਤਾਂ ਇਹ ਨਾ ਜਦੋਂ ਮਿੱਟੀ ਮੁੱਟੀ ਸਟਾਈ ਸੀਗੀ, ਅਸੀਂ ਇੱਥੇ ਬਹੁਤ ਲਾਉਣ ਦੀ ਕੋਸ਼ਿਸ਼ ਕੀਤੀ ਇੱਦਾਂ ਸਬਜ਼ੀ ਸੁਬਜ਼ੀ ਵਗੈਰਾ, ਪਰ ਹੁੰਦਾ ਕੁਛ ਨਹੀਂ। ਸਿਰਫ ਜਿੱਦਾਂ ਤੋਰੀਆਂ ਤਾਂ ਚਲੋ ਜਿੱਥੇ ਮਰਜ਼ੀ ਲਾ ਦਿਓ ਉੱਥੇ ਹੀ ਉੱਗ ਜਾਂਦੀਆਂ, ਉਹਦਾ ਤਾਂ ਕੋਈ ਮਤਲਬ ਕਿ ਉਹਨੂੰ ਕੁਛ ਜ਼ਿਆਦਾ ਦਵਾਈ ਦਵੂਈ ਦੀ ਲੋੜ ਨਹੀਂ ਹੁੰਦੀ। ਜਿੱਦਾਂ ਇੱਥੇ ਅਸੀਂ ਮੂਲੀਆਂ ਬੀਜੀਆਂ, ਕਦੇ ਕੋਈ ਸਬਜ਼ੀ ਕਦੇ ਕੋਈ ਸਬਜ਼ੀ, ਮਤਲਬ ਬਹੁਤ ਸਬਜ਼ੀਆਂ ਬੀਜ ਕੇ ਦੇ ਲਈਆਂ ਪਰ ਹੁੰਦੀਆਂ ਨਹੀਂ ਸੀਗੀਆਂ। ਜੇ ਮੰਨ ਲਓ ਜੇ ਕਿਆਰੀ ਮੰਨ ਲਓ ਜੇ ਕਿਆਰੀ ਉੱਥੋਂ ਲੈ ਕੇ ਇੱਥੇ ਜਾਂ ਇੱਦਾਂ ਹੈ ਨਾ, ਆਹ 100% ਹੋ ਗਿਆ, ਇਹਦੇ ਵਿੱਚੋਂ 20% ਲੱਗਦਾ ਹੁੰਦਾ ਜੇ ਕੁਛ ਲੱਗਦਾ ਸੀ। ਇਸ ਕਰਕੇ ਫਿਰ ਇੱਥੇ ਅਸੀਂ ਲਾਉਣਾ ਹੀ ਛੱਡਦਾ ਕਿਉਂਕਿ ਇੱਥੇ ਫਾਲਤੂ ਦੀ ਮਿਹਨਤ ਆ, ਮਿਲਦਾ ਕੁਛ ਹੈ ਨੀਗਾ। ਫਿਲਹਾਲ ਅਸੀਂ ਇਹੀ ਸੋਚ ਰਹੇ ਵੀ ਜਿਹੜਾ ਉਹ ਪੱਥਰ ਪਿਆ ਜਾਂ ਤਾਂ ਉਹ ਲਵਾ ਦਈਏ, ਜਾਂ ਇੱਥੇ ਜਿਹੜੀ ਬਲੋਕਿੰਗ ਇੱਟ ਆਉਂਦੀ ਆ, ਲੋਕਿੰਗ ਇੱਟ ਜਿਹੜੀ ਜਿਹਨੂੰ ਕਹਿੰਦੇ ਨੇ, ਉਹ ਲਵਾ ਦਈਏ, ਉਹ ਸਹੀ ਰਹੂਗਾ, ਸਾਫ਼ ਰਹੂਗਾ। ਹੁਣ ਸਾਨੂੰ ਇੱਥੇ ਥੋੜ੍ਹਾ ਜਿੱਦਾਂ ਨਾ ਸੱਪ ਸਲੁੰਡੀ ਦਾ ਬੜਾ ਖਤਰਾ ਰਹਿੰਦਾ, ਮਿੰਟ ਮਿੰਟ ਨਿਕਲਿਆ ਹਫ਼ਤੇ ਦੇ ਵਿੱਚ ਇੰਨਾ ਘਾਹ ਖੜਾ ਹੋ ਗਿਆ, ਹੁਣ ਇਹਨੂੰ ਕਰਾਉਂਦੇ ਹਾਂ ਸਫਾਈ ਜਲਦੀ। ਬਾਕੀ ਆਹ ਨਿੰਬੂ ਨੇ ਤਾਂ ਇਸ ਵਾਰ ਨਜ਼ਾਰੇ ਲਿਆ ਤੇ, ਇਹ ਨਾਰੰਗੀ ਸੀਗੀ, ਇਹਦਾ ਕੋਈ ਫਾਇਦਾ ਨਹੀਂ। ਵੈਸੇ ਜਿਹਨੂੰ ਲੋੜ ਹੁੰਦੀ ਉਹ ਲੈ ਜਾਂਦਾ, ਫਾਇਦੇ ਬਹੁਤ ਨੇ ਪਰ ਚਲੋ ਆਪਣੇ ਘਰ 'ਚ ਦਾ ਕੋਈ ਫਾਇਦਾ ਨਹੀਂ। ਬਾਕੀ ਦੇਖੋ, ਬਾਕੀ ਉਮੀਦ ਆ ਤੁਹਾਨੂੰ ਇਹ ਵਿਊ ਜਿਹੜਾ ਵਧੀਆ ਲੱਗ ਰਿਹਾ ਹੋਊਗਾ। ਜੋ ਵੀ ਤੁਹਾਡੀ ਰਾਏ ਆ ਅੱਜ ਦੀ ਵੀਡੀਓ ਵਾਸਤੇ, ਵੀ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰਕੇ ਜਾਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਾਂਗੇ ਕੱਲ੍ਹ ਨੂੰ ਇੱਕ ਆਪਾਂ ਬਹੁਤ ਵਧੀਆ ਜੀ ਵੀਡੀਓ ਨਾਲ, ਇੱਕ ਵਾਰ ਫਿਰ ਟਿਲ ਦੈਨ ਬਾਏ 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 ਬਾਏ।